ਪਾਰਕਾਂ ਕਾਫੀ ਬਣੀਆਂ ਹੋਈਆਂ ਪਰ ਮਤਲਬ ਕਹਿੰਦਾ ਇਹਨਾਂ ਦੀ ਕੋਈ ਕੇਅਰ ਮੇਅਰ ਨਹੀਂ ਹੋ ਰਹੀ, ਬੱਚੇ ਮੋਬਾਈਲਾਂ 'ਚ ਬੜੇ ਰਹਿੰਦੇ ਆ। ਇਹ ਮੈਂ ਤਾਂ ਇਹੀ ਚਾਹੁੰਦਾ ਕਿ ਜੋ ਪਾਰਕਾਂ ਦੇ ਅੰਦਰ ਝੂਲੇ ਲੱਗੇ ਦੇ ਆ, ਪਲੱਸ ਇਹਨਾਂ ਦੀ ਕੋਈ ਮੁਰੰਮਤ ਕੀਤੀ ਜਾਵੇ ਕਿ ਜਿਹੜੇ ਬੱਚੇ ਮੋਬਾਈਲਾਂ 'ਚ ਬੜੇ ਰਹਿੰਦੇ ਆ, ਚਲੋ ਖੇਲਣ ਕੁੱਦਣਗੇ ਕੁਛ, ਆਪਣੇ ਸ਼ਹਿਰ ਦਾ ਸੁਧਾਰ ਹੋਏਗਾ। ਮੈਂ ਸਰਕਾਰ ਅੱਗੇ ਇਹੀ ਰਿਕੁਐਸਟ ਕਰਨਾ ਕਿ ਜੋ ਝੂਲੇ ਪਾਰਕ ਦੇ ਅੰਦਰ ਟੁੱਟੇ ਹੋਏ ਆ, ਇਹਨਾਂ ਦੀ ਜਲਦ ਤੋਂ ਜਲਦੀ ਰਿਪੇਅਰ ਕੀਤੀ ਜਾਵੇ। ਕਹਿਣਾ ਚਾਹੁੰਦੇ ਹਾਂ ਕਿ ਪਠਾਨਕੋਟ ਸ਼ਹਿਰ ਦੇ ਵਿੱਚ ਬੜੀਆਂ ਪਾਰਕਾਂ ਬਣੀਆਂ, ਬਹੁਤ ਚੰਗੀ ਗੱਲ ਹੈ ਅਤੇ ਸਰਕਾਰ ਵਧੀਆ ਕੰਮ ਕੀਤੇ ਦੇ ਆ। ਅਤੇ ਜਿਹੜੇ ਪਾਰਕਾਂ ਦੇ ਵਿੱਚ ਜਿਹੜੇ ਝੂਲੇ ਆ, ਜਿਹੜੇ ਲੱਗੇ ਦੇ ਝੂਲੇ, ਇਹ ਥੋੜ੍ਹੇ ਜਿਹੇ ਠੀਕ ਕਰਾਉਣ ਵਾਲੇ ਹੋਏ ਦੇ ਆ। ਅਤੇ ਜਿਹੜੇ ਕਿ ਨਿਆਣੇ ਆਉਣਗੇ ਇੱਥੇ ਅਤੇ ਖੇਡਣਗੇ, ਅਤੇ ਬਜ਼ੁਰਗ ਆਉਣਗੇ ਅਤੇ ਸੈਰ ਸੂਰ ਕਰਨਗੇ। ਮਤਲਬ ਕਿ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਇਹਦੇ ਵੱਲ, ਪਾਰਕਾਂ ਵੱਲ। ਮੈਂ ਸਰਕਾਰ ਅੱਗੇ ਅਪੀਲ ਕਰਨਾ ਕਿ ਜਿਹੜੇ ਝੂਲੇ ਟੁੱਟੇ ਦੇ ਆ, ਜਲਦੀ ਜਲਦੀ ਇਹਦੀ ਮੁਰੰਮਤ ਕਰਨ। ਪਠਾਨਕੋਟ ਦੇ ਪਾਰਕਾਂ ਦਾ ਬੁਰਾ ਹਾਲ ਆ, ਬੜੀਆਂ ਪਾਰਕਾਂ ਦੇਖੀਆਂ ਨੇ ਜਿਹਦੇ ਵਿੱਚ ਸਰਕਾਰ ਖਿਆਲ ਰੱਖੇ ਤਾਂ ਬੜੀ ਮਿਹਰਬਾਨੀ। ਜਿਹਦੇ ਬੱਚੇ ਪਰੇਸ਼ਾਨ ਖੇਡਦੇ, ਝੂਲੇ ਟੁੱਟੇ ਪਏ ਨੇ, ਸਾਰੀਆਂ ਸ਼ਹਿਰ ਦੀਆਂ ਪਾਰਕਾਂ 'ਚ ਗਿਆ, ਝੂਲੇ ਟੁੱਟੇ ਪਏ ਨੇ, ਬੱਚੇ ਨਾਲ ਖੇਡ ਸਕਦੇ ਨਾ ਕੁਛ ਕਰ ਸਕਦੇ। ਮਿਹਰਬਾਨੀ ਹੈ ਕਿ ਚਲੋ ਇਹਦਾ ਸਰਕਾਰ ਦਾ ਖਿਆਲ ਰੱਖੇ ਅਤੇ ਪ੍ਰਸ਼ਾਸਨ ਖਿਆਲ ਰੱਖੇ, ਬੜੀ ਮਿਹਰਬਾਨੀ ਨਾਲ ਬੋਲ ਸਕਦਾ ਜੀ। ਮੈਂ ਸਰਕਾਰ ਅੱਗੇ ਅਪੀਲ ਕਰਦਾ ਇਹ ਝੂਲਿਆਂ ਦੀ ਤੋਂ ਜਲਦੀ ਮੁਰੰਮਤ ਕਰਾਈ ਜਾਏ ਅਤੇ ਤਾਂ ਕਿ ਬੱਚੇ ਖੇਡ ਚੁੱਕਣ, ਮੋਬਾਈਲਾਂ ਦੇ ਵਿਅਸਤ ਨੇ ਔਰ ਬੱਚੇ ਝੂਲੇ ਨਾ ਝੂਲ ਸਕਦੇ ਨਾ ਖੇਡ ਸਕਦੇ ਆ। ਕਿਰਪਾ ਕਰਕੇ ਪ੍ਰਸ਼ਾਸਨ ਦੇ ਪਾਸੇ ਖਿਆਲ ਦੇ, ਬਸ ਬਹੁਤ ਮਿਹਰਬਾਨੀ। ਮੈਨੂੰ ਹਾਲੇ ਤੱਕ ਤਾਂ ਕਿਸੇ ਦੀ ਕੋਈ ਕੰਪਲੇਂਟ ਐਸੀ ਆਈ ਨਹੀਂ ਹੈ, ਤੁਹਾਡੇ ਮਾਧਿਅਮ ਰਾਹੀਂ ਥੋੜ੍ਹਾ ਪਤਾ ਚੱਲਿਆ ਵੀ ਕਿਹੜੇ ਕਿਹੜੇ ਪਾਰਕਾਂ ਦੀਆਂ ਅਗਰ ਕੋਈ ਖਰਾਬ ਦੈਨੀ ਹਾਲਤ ਹੈਗੀ ਆ, ਕੋਈ ਝੂਲੇ ਖਰਾਬ ਹੈ, ਉਹਨੂੰ ਅਸੀਂ ਸਾਡੀ ਨੌਲੇਜ ਆਉਣਗੇ, ਅਸੀਂ ਉਹਨੂੰ ਫੌਰੀ ਤੌਰ 'ਤੇ ਠੀਕ ਕਰਾ ਦਾਂਗੇ। ਜਿੱਥੇ ਕੋਈ ਕਈ ਵਾਰੀ ਹੁੰਦਾ ਕਿ ਇਹ ਬਾਰਿਸ਼ਾਂ ਬੁਰਸ਼ਾਂ ਦੇ ਸਮੇਂ ਆ, ਕੋਈ ਗਰੀਸ ਗਰੂਸ ਦੇਣ ਦੀ ਗੱਲ ਆ, ਕੋਈ ਨਟ ਬੋਲਟ ਖੁੱਲ ਜਾਂਦੇ ਉਹਨਾਂ ਦੇ, ਅਤੇ ਤੁਸੀਂ ਦੱਸ ਦਿਓ ਜਾਂ ਲੋਕ ਸਾਨੂੰ ਕੰਪਲੇਂਟ ਕਰਨ, ਜਿਹੜੇ ਵੀ ਝੂਲੇ ਖਰਾਬ ਨੇ ਬੱਚਿਆਂ ਲਈ ਫੌਰੀ ਤੌਰ 'ਤੇ ਉਹਨੂੰ ਠੀਕ ਕਰਾ ਦਿੱਤਾ ਜਾਏਗਾ।